ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਇਸ ਰਿਲੀਜ਼ ਨੂੰ ਫਿਲਮ ਨੂੰ ਰਿਲੀਜ਼ ਨੂੰ ਰੋਕਣ ਦਾ ਯਤਨ ਕਰੇ। ਫਿਲਮ ਨਾਨਕ ਸ਼ਾਹ ਫਕੀਰ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਨੂੰ ਮੁੜ ਵਾਚਣ ਲਈ ਸਬ ਕਮੇਟੀ ਦਾ ਗਠਨ ਕੀਤਾ ਹੈ, ਤਾਂ ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਬਾਜ਼ੀ ਜਥੇਦਾਰਾਂ ਨੇ ਨਾਨਕ ਸ਼ਾਹ ਫਕੀਰ ਫਿਲਮ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਫਿਲਮ ਖਿਲਾਫ਼ ਦਿਨੋ ਦਿਨ ਵੱਧ ਰਹੇ ਸਿੱਖ ਸੰਗਤ ਦੇ ਵਿਰੋਧ ਨੂੰ ਦੇਖਦਿਆਂ ਸਰਬੱਤ ਖਾਲਸਾ ਵੱਲੋਂ ਜਾਰੀ ਹੁਕਮਨਾਮੇ ਵਿੱਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮਨ ਨੇ ਕਿਹਾ ਕਿ ਸਿੱਖ ਪੰਥ ਦੀ ਮਰਿਆਦਾ ਮੁਤਾਬਿਕ ਕਿਸੇ ਵੀ ਵਿਅਕਤੀ ਨੂੰ ਗੁਰੂ ਸਾਹਿਬਾਨਾਂ ਦਾ ਚਰਿੱਤਰ ਚਿਤਰਨ ਜਾਂ ਉਹਨਾਂ ਦਾ ਪਾਤਰ ਨਿਭਾਉਣ ਦੀ ਆਗਿਆ ਨਹੀਂ ਹੈ। ਪਰ ਇਸ ਫਿਲਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਤਰ ਇੱਕ ਕਲਾਕਾਰ ਨੇ ਨਿਭਾਇਆ ਹੈ, ਜਿਸ ਕਾਰਨ ਸਮੂਹ ਸਿੱਖ ਸੰਗਤਾਂ ਵਿੱਚ ਰੋਸ ਹੈ। ਉਹਨਾਂ SGPC ਨੂੰ ਵੀ ਫਿਲਮ ਦੀ ਰਿਲੀਜ਼ 'ਤੇ ਪੂਰਨ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਬਣਾਈ ਗਈ ਹੈ, ਜਿਹੜੀ ਰਿਲੀਜ਼ ਕਰਨ ਵਾਸਤੇ ਕੁਝ ਲੋਕ ਉਤਾਵਲੇ ਨੇ, ਉਸ ਫਿਲਮ ਦੇ ਉੱਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਉਹਦੇ 'ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਉਹ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਥੀਏਟਰ ਦੇ ਵਿੱਚ ਉਹ ਨਹੀਂ ਚਲਾਈ ਜਾ ਸਕੂਗੀ। ਅਗਰ ਕੋਈ ਚਲਾਊਗਾ ਤਾਂ ਉਹ ਖਾਲਸਾ ਪੰਥ ਸਿੱਖ ਕੌਮ ਤੋਂ ਉਹ ਪਾਸੇ ਹੋ ਕੇ ਚਲਾਊਗਾ ਅਤੇ ਉਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿੱਥੋਂ ਤੱਕ ਥੀਏਟਰਾਂ ਦੀ ਗੱਲ, ਜਿਹੜੇ ਵੀ ਇਸ ਫਿਲਮ ਨੂੰ ਚਲਾਉਣਗੇ, ਅਸੀਂ ਨਿਮਰਤਾ ਸਹਿਤ ਸਾਰਿਆਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਉਹ ਪਈ ਆਪਣੇ ਨਫੇ ਨੁਕਸਾਨ ਦੇ ਆਪ ਜ਼ਿੰਮੇਵਾਰ ਨੇ। ਸਿੱਖ ਕੌਮ ਵੱਲੋਂ ਇਹ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ ਉਹ ਸਿੱਖ ਵਿਰੋਧੀ ਹੈ, ਇਸ ਕਰਕੇ ਇਹ ਨਹੀਂ ਚੱਲ ਸਕਦੀ। ਉੱਧਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ SGPC ਸਿੱਖ ਵਿਦਵਾਨਾਂ ਦੇ ਇੱਕ ਬੋਰਡ ਦਾ ਗਠਨ ਕਰੇ ਜੋ ਅਜਿਹੀਆਂ ਫਿਲਮਾਂ ਦੇ ਨਿਰਮਾਣ 'ਤੇ ਰੋਕ ਲਗਾਉਣ ਦੇ ਸਮਰੱਥ ਹੋਵੇ। ਸੰਗਤਾਂ ਦੇ ਇਸ ਨਾਨਕ ਸਾਹਿਬ ਫਕੀਰ ਫਿਲਮ ਬਾਰੇ ਵਿਚਾਰ ਆ ਰਹੇ ਸੀਗੇ ਔਰ ਅਸੀਂ ਖੁਦ ਵੀ ਇਸ ਫਿਲਮ ਦੀ ਪੂਰੀ ਜਾਣਕਾਰੀ ਬੰਬੇ ਤੋਂ ਪ੍ਰਾਪਤ ਕੀਤੀ ਔਰ ਇਹ ਬਿਲਕੁਲ ਇਤਰਾਜ਼ਯੋਗ ਆ, ਸਿੱਖ ਸਿਧਾਂਤਾਂ ਦੇ ਉਲਟਾ, ਜਿਸ ਕਰਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ ਹੈ ਵਿਚਾਰਾਂ ਕਰਨ ਉਪਰੰਤ ਜਾਰੀ ਹੋਇਆ ਕਿ ਇਹ ਫਿਲਮ 'ਤੇ ਪੂਰਨ ਤੌਰ 'ਤੇ ਪਾਬੰਦੀ ਆ। ਹਰਿੰਦਰ ਸਿੰਘ ਸਿੱਕਾ ਸਿੱਖ ਵਿਰੋਧੀ ਹੱਥਾਂ 'ਚ ਖੇਡਦਾ ਜਾਪ ਰਿਹਾ ਵਾ, ਇਸ ਕਰਕੇ ਸਿੱਖ ਪੰਥ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਇਸ ਰਿਲੀਜ਼ ਨੂੰ, ਫਿਲਮ ਨੂੰ ਰਿਲੀਜ਼ ਨੂੰ ਰੋਕਣ ਦਾ ਯਤਨ ਕਰੇ ਅਤੇ ਇੱਕ ਸਿੱਖ ਸੈਂਸਰ ਬੋਰਡ ਬਣਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਐਸੀ ਕੋਈ ਅਲਾਮਤ ਸਾਡੇ ਸਾਹਮਣੇ ਨਾ ਆਵੇ। ਕੋਈ ਵੀ ਸਿੱਖੀ ਨਾਲ ਸੰਬੰਧਿਤ ਹਿੰਦੀ, ਪੰਜਾਬੀ, ਇੰਗਲਿਸ਼ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਫਿਲਮ ਆਉਂਦੀ ਆ ਤਾਂ ਉਹ ਸਿੱਖ ਸੈਂਸਰ ਬੋਰਡ ਤੋਂ ਪਾਸ ਹੋਵੇ ਅਤੇ ਉਹ ਸੈਂਸਰ ਬੋਰਡ 5-7 ਵਿਦਵਾਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਔਰ ਸਾਰੇ ਦੇਸ਼ ਵਿਦੇਸ਼ ਦੇ ਸਿੱਖ ਫਿਲਮ ਨਾਨਕ ਸ਼ਾਹ ਫਕੀਰ ਦੇ ਖਿਲਾਫ਼ ਡਟ ਜਾਣ। ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈਗਾ ਉਹ ਰਿਲੀਜ਼ ਨਹੀਂ ਹੋਣ ਦਿੱਤਾ ਜਾਊਗਾ ਔਰ ਅਸੀਂ ਹਰਿੰਦਰ ਸਿੰਘ ਸਿੱਕਾ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣੀ ਇਸ ਜਿੱਦ ਨੂੰ ਛੱਡੇ, ਸਿੱਖ ਕੌਮ ਦੇ ਨਾਲ ਇਸ ਤਰ੍ਹਾਂ ਦੀ ਜਿੱਦ ਕਰਕੇ ਕਦੇ ਕੋਈ ਪੂਰਾ ਨਹੀਂ ਆਇਆ। ਪੂਰੀ ਕੌਮ ਉਸ ਦੀ ਫਿਲਮ ਦੇ ਖਿਲਾਫ਼ ਹੈ ਅਤੇ ਉਹਨੂੰ ਪਿੱਛੇ ਹਟ ਜਾਣਾ ਚਾਹੀਦਾ, ਇਸ ਫਿਲਮ ਦੀ ਰਿਲੀਜ਼ ਰੋਕ ਦੇਣੀ ਚਾਹੀਦੀ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਪਰ ਇਸ ਦੇ ਬਾਵਜੂਦ ਫਿਲਮ ਨਿਰਮਾਤਾ ਫਿਲਮ ਨੂੰ ਰਿਲੀਜ਼ ਕਰਨ 'ਤੇ ਬਜਿੱਦ ਨੇ। ਸਿੱਖ ਸੰਗਤਾਂ ਆਏ ਦਿਨ ਫਿਲਮ ਦਾ ਵਿਰੋਧ ਕਰ ਰਹੀਆਂ ਨੇ,
ਇਹ ਵਿਰੋਧ ਹੁਣ ਸਿੱਖ ਵਿਦਵਾਨਾਂ ਤੋਂ ਨਿਕਲ ਯੂਨੀਵਰਸਿਟੀ ਕਾਲਜਾਂ ਤੱਕ ਪੁੱਜ ਚੁੱਕਾ ਹੈ। ਪਰ ਇਸ ਦੇ ਬਾਵਜੂਦ ਵੀ SGPC ਫਿਲਮ 'ਤੇ ਰੋਕ ਨੂੰ ਲੈ ਕੇ ਦੁਚਿੱਤੀ 'ਚ ਜਾਪ ਰਹੀ ਹੈ। ਅਜਿਹੇ 'ਚ ਮੁਤਬਾਜ਼ੀ ਜਥੇਦਾਰਾਂ ਵੱਲੋਂ ਜਾਰੀ ਹੁਕਮਨਾਮੇ ਨਾਲ ਫਿਲਮ ਖਿਲਾਫ਼ ਸਿੱਖ ਸੰਗਤਾਂ ਦਾ ਰੋਸ ਵਿਰੋਧ ਵਧਣਾ ਨਿਸ਼ਚਿਤ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।